कोई भी काम वड्डा जां छोटा नहीं हुंदा। डिग्निटी ऑफ लेबर एक वर्ड सीगा। लड़ाई मेरी त्रिपत बाजवा जी दे जिहड़ी कार्य करन दी शैली सी, स्टाइल ऑफ वर्क सीगा उहदे नाल सी। ਉੱਥੇ ਚੁਣਾਵ ਲੜਦੇ ਨੇ, ਉੱਥੋਂ ਚੁਣਾਵ ਜਿੱਤਦੇ ਨੇ, ਉੱਥੇ ਉਹਨਾਂ ਨੇ ਕੀ ਐਸਾ ਕਰ ਦਿੱਤਾ ਕਿ ਉਹਨਾਂ ਨੂੰ ਦੂਸਰੀ ਕੌਂਸਟੀਚੁਐਂਸੀ ਦੇਖਣੀ ਪਈ। ਮੈਂ ਤਾਂ ਨਹੀਂ ਕਿਹਾ ਮੈਂ ਅੰਮ੍ਰਿਤਸਰ ਜਾਣਾ। ਕੁਰਸੀ ਦੀ ਕਾਹਦੀ ਲੜਾਈ? ਆਹ 5 ਮਹੀਨੇ ਕਾਹਦੀ ਕੁਰਸੀ ਹੈ ਯਾਰ, ਇਹ 5 ਮਹੀਨੇ ਦੀ ਸੇਵਾ ਹੀ ਆ। ਕਾਫੀ ਸਮਾਂ ਆਪਣੇ ਹਲਕਾ ਬਟਾਲਾ ਦੇ ਵਿੱਚ ਬੇਚੈਨੀ ਮਹਿਸੂਸ ਕਰ ਰਹੇ ਅਸ਼ਵਨੀ ਸੇਖੜੀ ਜੀ ਨੂੰ ਅੱਜ ਪੰਜਾਬ ਹੈਲਥ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ। ਸਾਡੇ ਨਾਲ ਨੇ ਅਸ਼ਵਨੀ ਸੇਖੜੀ। ਸੇਖੜੀ ਸਾਹਿਬ, ਕਾਫੀ ਸਮੇਂ ਤੋਂ ਤੁਸੀਂ ਬੇਚੈਨੀ ਮਹਿਸੂਸ ਕਰ ਰਹੇ ਸੀ, ਬਹੁਤ ਸਾਰੀਆਂ ਪ੍ਰੈਸ ਕਾਨਫਰੰਸਾਂ ਵੀ ਹੋ ਰਹੀਆਂ ਸੀ, ਲਗਾਤਾਰ ਇੰਟਰਫੇਰੈਂਸ ਦੀ ਚਰਚਾ ਵੀ ਚੱਲ ਰਹੀ ਸੀ ਕਿ ਤ੍ਰਿਪਤ ਬਾਜਵਾ ਤੁਹਾਡੇ ਹਲਕੇ ਦੇ ਵਿੱਚ ਇੰਟਰਫੇਰੈਂਸ ਕਰ ਰਹੇ ਨੇ। ਉਸ ਤੋਂ ਬਾਅਦ ਤੁਹਾਨੂੰ ਚੇਅਰਮੈਨ ਦਾ ਜਿਹੜਾ ਅਹੁਦਾ ਹੁਣ ਦੇ ਦਿੱਤਾ ਗਿਆ, ਸੈਟਿਸਫਾਈ ਹੋ? ਤੁਸੀਂ ਕਦੇ ਮੰਤਰੀ ਰਹੇ ਹੋ, ਅੱਜ ਤੁਸੀਂ ਇੱਕ ਕਾਰਪੋਰੇਸ਼ਨ ਦਾ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ, ਸੈਟਿਸਫਾਈ ਹੋ ਜਾਂ? ਦੇਖੋ ਬੇਟਾ, ਕੋਈ ਵੀ ਕੰਮ ਵੱਡਾ ਜਾਂ ਛੋਟਾ ਨਹੀਂ ਹੁੰਦਾ। ਡਿਗਨਿਟੀ ਆਫ ਲੇਬਰ ਇੱਕ ਵਰਡ ਸੀਗਾ। ਸੋ ਅਸੀਂ ਸਮਝਦੇ ਹਾਂ ਕੋਈ ਵੀ ਅਸਾਈਨਮੈਂਟ ਦਿੱਤੀ ਜਾਂਦੀ ਪਾਰਟੀ ਵੱਲੋਂ, ਐਜ਼ ਏ ਵਰਕਰ ਦਿੱਤੀ ਜਾਏ, ਐਜ਼ ਏ ਮਿਨਿਸਟਰ ਦਿੱਤੀ ਜਾਏ, ਐਜ਼ ਏ ਸਿਪਾਹੀ ਦਿੱਤੀ ਜਾਏ, ਜੋ ਉਸ ਪਾਰਟੀ ਡਿਊਟੀ ਲਗਾਉਂਦੀ ਉਹ ਨਿਭਾਉਣੀ ਚਾਹੀਦੀ ਹੈ, ਦਿਲੋਂ ਨਿਭਾਉਣੀ ਚਾਹੀਦੀ। ਔਰ ਮੈਨੂੰ ਅੱਜ ਡਿਊਟੀ ਦਿੱਤੀ ਐਜ਼ ਏ ਚੇਅਰਮੈਨ ਹੈਲਥ ਸਿਸਟਮ ਕਾਰਪੋਰੇਸ਼ਨ। ਇੱਥੇ ਅਸੀਂ ਕੰਮ ਕਰਾਂਗੇ। ਸਿੱਧੂ ਸਾਹਿਬ ਬੜੇ ਸਿਆਣੇ ਨੇ, ਉਹਨਾਂ ਬੜਾ ਅੱਛਾ ਕੋਵਿਡ 'ਚ ਲੜਾਈ ਲੜੀ। ਕੈਪਟਨ ਸਾਹਿਬ ਦੀ ਜਿਹੜੀ ਮਿਸ਼ਨ ਫਤਿਹ ਸੀ, ਉਹ 'ਚ ਕਾਮਯਾਬ ਕਰਨ 'ਚ ਬੜਾ ਵੱਡਾ ਹਿੱਸਾ ਪਾਇਆ। ਹੁਣ ਮੈਂ ਹੁਣੇ ਕਹਿ ਕੇ ਹਟਿਆ ਕਿ ਜੇ ਕੈਪਟਨ ਸਾਹਿਬ ਨੇ ਕਿਹਾ ਈਜ਼ ਆਫ ਡੂਇੰਗ ਬਿਜ਼ਨਸ ਇਨ ਪੰਜਾਬ, ਅਤੇ ਈਜ਼ ਆਫ ਟ੍ਰੀਟਮੈਂਟ ਅਸੀਂ ਲਿਆਈਏ ਕਿ ਮੇਰ ਇਲਾਜ ਵੀ ਬੜਾ ਆਰਾਮ ਨਾਲ ਹੋ ਜਾਂਦਾ ਹਸਪਤਾਲਾਂ 'ਚ, ਉਹ ਕਰਨ ਦੀ ਕੋਸ਼ਿਸ਼ ਕਰਾਂਗੇ। ਮਨਮਟਾਓ ਸੀ ਕਿਹਦੇ ਨਾਲ? ਕੈਪਟਨ ਸਾਹਿਬ ਨਾਲ ਸੀਗਾ, ਤ੍ਰਿਪਤ ਬਾਜਵਾ ਨਾਲ ਸੀਗਾ, ਜਾਂ ਫਿਰ ਕੋਈ ਹੋਰ ਲੀਡਰ ਨਾਲ ਸੀ? ਕਿਉਂਕਿ ਲਗਾਤਾਰ ਤੁਸੀਂ ਵੀ ਕਹਿੰਦੇ ਰਹੇ ਹੋ ਕਿ ਸਾਡੀ ਮੇਰੀ ਕੰਸਟੀਚੁਐਂਸੀ ਦੇ ਵਿੱਚ ਤ੍ਰਿਪਤ ਬਾਜਵਾ ਐਂਟਰੀ ਮਾਰਦੇ ਨੇ ਤਾਂ ਆਪਣੇ ਲੋਕਾਂ ਦੇ ਕੰਮ ਕਰਾਉਂਦੇ ਨੇ, ਆਧਾਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਲਗਾਤਾਰ ਲੜਾਈ ਜਿਹੜੀ ਆ ਸੀਟ ਦੀ ਦਿਖ ਰਹੀ ਸੀਗੀ ਹੁਣ ਤੱਕ? ਨਹੀਂ, ਮੇਰੀ ਕੁਰਸੀ ਤੱਕ ਮੇਰੀ ਨਾਰਾਜ਼ਗੀ ਨਾ ਤਾਂ ਕੈਪਟਨ ਸਾਹਿਬ ਨਾਲ ਸੀ, ਨਾ ਤ੍ਰਿਪਤ ਬਾਜਵਾ ਨਾਲ ਸੀ, ਨਾ ਮੇਰੀ ਲੜਾਈ ਪਾਰਟੀ ਨਾਲ ਸੀ। ਨਾਰਾਜ਼ਗੀ ਪਾਰਟੀ ਨਾਲ ਨਹੀਂ ਸੀ, ਲੜਾਈ ਮੇਰੀ ਤ੍ਰਿਪਤ ਬਾਜਵਾ ਜੀ ਦੇ ਜਿਹੜੀ ਕਾਰਯ ਕਰਨ ਦੀ ਸ਼ੈਲੀ ਸੀ, ਸਟਾਈਲ ਆਫ ਵਰਕ ਸੀਗਾ ਉਹਦੇ ਨਾਲ ਸੀ। ਨੋਟ ਓਨਲੀ ਬਟਾਲਾ ਕੌਂਸਟੀਚੁਐਂਸੀ, ਕਈ ਕੌਂਸਟੀਚੁਐਂਸੀ 'ਚ ਇਹ ਮੈਨੂੰ ਸਾਨੂੰ ਸ਼ਿਕਾਇਤ ਮਿਲੀ। ਮੈਂ ਕਾਂਗਰਸ ਦਾ ਸੀਨੀਅਰ ਵਰਕਰ ਹਾਂ, ਲੋਕ ਦੱਸਦੇ ਨੇ ਆ। ਸੋ ਬਾਜਵਾ ਸਾਹਿਬ ਨੇ ਜਿਹੜਾ ਮਤਲਬ ਉੱਥੇ ਅਸੀਂ ਤਾਂ ਇਹ ਕਿਹਾ ਸੀ ਵੀ 100 ਵਾਰੀ ਆਇਆ, 1000 ਵਾਰੀ ਆਓ ਬਟਾਲੇ, ਪਰ ਸਾਨੂੰ ਸਭ ਨੂੰ ਨਾਲ ਲੈ ਕੇ ਚੱਲੋ, ਉਹ ਨਹੀਂ ਸੀ ਚੱਲਦੇ। ਸੋ ਉਸ ਚੀਜ਼ ਦੇ ਖਿਲਾਫ ਸੀ ਅਸੀਂ। ਹੁਣ ਸਿਆਸੀ ਇੱਕ ਚਰਚਾ ਛਿੜ ਗਈ ਹੈ ਕਿ ਤੁਹਾਨੂੰ ਚੇਅਰਮੈਨ ਨੇ ਦੇ ਕੇ ਕਿਤੇ ਨਾ ਕਿਤੇ ਜੋ ਕਾਰਸ਼ੈਲੀ ਵਿਗੜੀ ਸੀਗੀ ਤ੍ਰਿਪਤ ਬਾਜਵਾ ਦੀ, ਉਹ ਠੀਕ ਕਰਤੀ ਹੈ ਕੈਪਟਨ ਸਾਹਿਬ ਨੇ, ਠੀਕ ਹੈਗਾ? ਕੈਪਟਨ ਸਾਹਿਬ ਕੋਲ ਹਰ ਤਰ੍ਹਾਂ ਦੇ ਟੂਲਸ ਨੇ ਜਿੱਥੇ ਜਿਹੜਾ ਵਰਤਣਾ ਚਾਹਣ। ਇਜ਼ ਏ ਬਿਗ ਵਾਰੀਅਰ ਐਂਡ ਬਿਗ ਯੂਨੋ ਲੀਡਰ। ਉਹਨੂੰ ਜੇ ਬੱਚਾ ਕੋਈ ਸ਼ਰਾਰਤ ਕਰੇਗਾ ਤਾਂ ਮਾਂ ਬਾਪ ਨੇ ਸੈੱਟ ਕਰਨਾ ਹੀ ਹੈ ਨਾ, ਸਮਝਾਉਣਾ ਹੀ ਹੈ ਨਾ। ਸ਼ਰਾਰਤ ਕਰਤੀ ਸੀ, ਕਰਦੇ ਸੀ ਤੁਹਾਡੇ ਹਲਕੇ 'ਚ? ਨਹੀਂ, ਸ਼ਰਾਰਤ ਸ਼ਰੇਆਮ ਕਰਦੇ ਸੀ, ਸਭ ਨੂੰ ਪਤਾ ਇਹ 'ਚ ਕਿ ਝੂਠ ਕਦੇ। ਅਤੇ ਹੁਣ ਆਪਾਂ ਆਪਣੇ ਹਲਕੇ 'ਚ ਕੰਮ ਕਰਾਂਗੇ, ਉਹ ਫਤਿਹਗੜ੍ਹ ਚੂੜੀਆਂ 'ਚ ਕਰਨਗੇ, ਮੈਂ ਬਟਾਲੇ 'ਚ ਕੰਮ ਕਰਾਂਗਾ, ਫਿਰ ਪਾਰਟੀ ਜਿਹਨੂੰ ਟਿਕਟ ਦੇਗੀ ਉਹ ਚੁਣਾਵ ਲੜੇਗਾ। ਬਾਜਵਾ ਸਾਹਿਬ ਇੱਕਦਮ ਤੁਹਾਡੀ ਸੀਟ 'ਚ ਕਿਉਂ ਆ ਰਹੇ ਸੀ? ਤੁਹਾਡੀ ਸੀਟ ਹਿੰਦੂ ਸੀਟ ਆ, ਜ਼ਿਆਦਾ ਹਿੰਦੂ ਵੋਟਰ ਹੈਗੇ ਨੇ ਉੱਥੇ ਲਗਾਤਾਰ, ਉਹ ਤੁਹਾਡੀ ਸੀਟ ਦੇ ਵਿੱਚ ਆਉਣਾ ਕਿਉਂ ਚਾਹੁੰਦੇ ਸੀ? ਕੀ ਆਪਣੀ ਸੀਟ 'ਤੇ ਇਨਸਿਕਿਓਰ ਮਹਿਸੂਸ ਕਰ ਰਹੇ ਸੀ? ਉਹਨੂੰ ਲੱਗ ਰਿਹਾ ਸੀ ਕਿ ਸਾਡੀ ਸੀਟ ਸ਼ਾਇਦ ਨਿਕਲੇ ਨਾ ਨਿਕਲੇ, ਬਟਾਲਾ ਤੋਂ ਸ਼ਾਇਦ ਮੇਰੀ ਨਿਕਲ ਜਾਵੇ? ਇਹ ਬਾਜਵਾ ਸਾਹਿਬ ਨੂੰ ਪੁੱਛੋ ਨਾ, ਉਹਨਾਂ ਨੂੰ ਕੀ ਆਪਣਾ ਹਲਕਾ ਉਹਨਾਂ ਦਾ ਫਤਿਹਗੜ੍ਹ ਚੂੜੀ, ਤੁਹਾਡੇ ਵੋਟਰ ਹੈਗੇ ਆ, ਤੁਹਾਨੂੰ ਪਤਾ ਹੀ ਆ। ਬਟਾਲਾ ਜਿਹੜਾ ਵਾ ਉਹ ਮੇਰੀ ਕੌਂਸਟੀਚੁਐਂਸੀ ਹੈ, ਫਤਿਹਗੜ੍ਹ ਚੂੜੀਆਂ ਬਾਜਵਾ ਸਾਹਿਬ ਦੀ ਕੌਂਸਟੀਚੁਐਂਸੀ ਕਈ ਸਾਲਾਂ ਤੋਂ ਹੈ, ਉੱਥੇ ਚੁਣਾਵ ਲੜਦੇ ਨੇ, ਉੱਥੋਂ ਚੁਣਾਵ ਜਿੱਤਦੇ ਨੇ। ਉੱਥੇ ਉਹਨਾਂ ਨੇ ਕੀ ਐਸਾ ਕਰ ਦਿੱਤਾ ਕਿ ਉਹਨਾਂ ਨੂੰ ਦੂਸਰੀ ਕੌਂਸਟੀਚੁਐਂਸੀ ਦੇਖਣੀ ਪਈ? ਮੈਂ ਤਾਂ ਨਹੀਂ ਕਿਹਾ ਮੈਂ ਅੰਮ੍ਰਿਤਸਰ ਜਾਣਾ, ਮੇਰਾ ਮੱਚ ਬੈਟਰ ਸੇਫਰ ਕੌਂਸਟੀਚੁਐਂਸੀ। ਮੈਂ ਤਾਂ ਕਿਹਾ ਮੈਂ ਬਟਾਲੇ ਲੜਨਾ, ਹਮੇਸ਼ਾ ਬਟਾਲੇ ਲੜਿਆ, ਹੁਣ ਵੀ ਬਟਾਲੇ ਲੜਨਾ। ਸੋ ਜੇ ਲੋਕਾਂ ਦੇ ਨਾਲ ਜੁੜੇ ਹੋ ਤਾਂ ਕੁਛ ਨਾ ਕੁਛ ਕੰਫਰਟ ਤਾਂ ਰਹਿੰਦਾ ਹੀ ਹੈ। ਜੇ ਧਾਰ ਤਾਂ ਰੱਬ ਦੇ ਹੱਥ ਹੈ, ਮੁਕੱਦਰਾਂ ਦੇ ਹੱਥ, ਜੇ ਧਾਰ ਕੋਈ ਲੀਡਰ ਇਹ ਨਹੀਂ ਕਰ ਸਕਦਾ ਕਿ ਮੇਰੇ ਹੱਥ 'ਚ ਜੇ ਧਾਰ ਉਹ ਵਾਹਿਗੁਰੂ ਦੇ ਹੱਥ, ਮਿਹਨਤ ਔਰ ਲੋਕਾਂ ਦਾ ਜਿਹੜਾ ਸਾਥ ਹੈ ਉਹ ਆਪਣੇ ਹੱਥ 'ਚ। ਮੇਰੇ ਤਾਂ ਅੱਜ ਸ਼ਹਿਰ 'ਚ ਰਾਤ ਦੀਆਂ ਲਾਈਟਾਂ ਜਗੀਆਂ, ਲੋਕ ਢੋਲ ਵਜਾ ਰਹੇ ਨੇ, ਹਾਂਜੀ ਲੋਕ ਭੰਗੜੇ ਪਾ ਰਹੇ ਨੇ, ਮੈਂ ਤਾਂ ਕਿਸੇ ਨੂੰ ਕੁਛ ਕਿਹਾ ਵੀ ਨਹੀਂ ਅਜੇ, ਠੀਕ ਹੈ ਨਾ। ਚਰਚਾਵਾਂ ਤੁਹਾਡੀਆਂ ਇਹ ਚੱਲ ਰਹੀਆਂ ਸੀ ਕਿ ਅਕਾਲੀ ਦਲ ਦੇ ਵਿੱਚ ਜਾ ਰਹੇ ਹੋ, ਅਚਾਨਕ ਟੈਂਟ ਲੱਗੇ ਲਗਾਏ ਰਹਿ ਗਏ ਆ? ਨਹੀਂ ਨਹੀਂ, ਉਹ ਚਰਚਾਵਾਂ ਦੇ ਵਿੱਚ ਗਲਤ ਐਸੀ ਕੋਈ ਗੱਲ ਨਹੀਂ ਸੀ। ਇਹ ਮੰਨ ਲਿਆ ਜਾਵੇ ਕਿ ਹੁਣ ਬਟਾਲਾ ਸੀਟ ਦੇ ਉੱਤੋਂ ਅਸ਼ਵਨੀ ਸੇਖੜੀ ਹੀ ਲੜਨਗੇ, ਜਿਹੜਾ ਰੌਲਾ ਸੀ ਉਹ ਖਤਮ ਹੋ ਗਿਆ? ਸ਼ੋਰ ਲੜਾਂਗਾ, ਮੈਂ ਪਾਰਟੀ ਵੱਲੋਂ ਟਿਕਟ ਜ਼ਰੂਰ ਮੰਗਾਂਗਾ, ਪਾਰਟੀ ਲੜਾਏਗੀ ਤਾਂ ਜ਼ਰੂਰ ਲੜਾਂਗਾ।
अच्छा तो एक चीज़ बड़ी हुण चर्चा दे विच आ रही अज कल विरोधी पार्टियां कह रहे हैं कि कांग्रेस दे विच नैगोशिएट होंदियां ने चीज़ां। पहलां नवजोत सिंह सिद्धू लड़े उन्हां नूं प्रधानगी मिल गई मेहनत करके कुछ ऐसा लैंडमार्क बनाइए, ऐसा काम करिए कि लगे कि अश्विनी सेकरी नूं अगर कैप्टन साहब ने चेयरमैन बनाया तो उन्हें कुछ ना कुछ पंजाब लई नवा कर दिखाया। आखिरी सवाल मेरा यही हैगा, तुसी 4-5 महीनों की गल की है कि इन्ना टाइम रह गया हुण इन्ने टाइम च जो होना होएगा कि प्रायोरिटी की रहेगी थोड़ी आखिरी इन्हां 4-5 महीनों के क्योंकि सरकार दे कोल इन्ना टाइम। देखो एक तो स्वच्छता सफाई हस्पताल होनी चाहिए, दूसरा असी डायग्नोस्टिक सेंटर जिहड़े आ हस्पताल ऐसे बनने चाहिए जिथे गरीब लोगों का फ्री इलाज हो सके, उन्होंने बाहर ना जाना पवे। प्राइवेट जिहड़े इदारे जाते हैं उत्थे कई जगह रेट बहुत ज़्यादा होंगे ने, लोग पैसे नहीं दे सकते। यानी कि जिहड़ियां कमियां सरकार च हुण तक रह गईआं तुसीं नहीं नहीं सरकार च नहीं रह गईआं सिस्टम दे विच उह चीज़ां लैणा भी बड़ा वड्डा काम है। मैं स्टडी कीता गवर्नमेंट से करदीआं कि डायग्नोस्टिक सेंटर जिहड़े ने उह बनाए जांदे ने, उत्थे फ्री इलाज भी हुंदा, उत्थे लोगों नूं सस्ता इलाज भी मिलदा। तो इत्थे भी पहले ही इस चीज़ च इंट्रस्ट रखदे, तुसीं कई प्रेस कॉन्फ्रेंस भी कर चुके हैल्थ सिस्टम नूं लैके, बड़ियां सारी चीज़ां तुसीं कहीआं कि कमियां पेशियां हैगीआं हैल्थ सिस्टम च, तुहाडे इंट्रस्ट भी इस चीज़ है। देखो देर इज ऑलवेज स्कोप ऑफ इंप्रूवमेंट, कोई चीज़ अल्टीमेट नहीं हो सकती। जड़े दुनिया के बेस्ट इंजीनियर है उन्होंने बेस्ट अगर चीज़ बनाई है, कोई रिसर्च की है, स्पेस शटल भी बनाए ने, और जो कमी रह जाती है उन्होंने भी इंप्रूव करना है, क्रिटिसाइज नहीं होंगे। इंप्रूवमेंट तो होती रहनी है, हो ही जानी है करांगे असी सिस्टम च इंप्रूवमेंट करांगे। धन्यवाद जी। हाँ शुक्रिया। तां इहने अश्विनी सेखड़ी जो कि सीधे तौर पर एक चीज़ कह रहे ने कि जो शरारतां तृप्त रजिंद्र बाजवा इन्हां दे हल्के चाके करदे सन किते ना किते वह कैप्टन साहब ने हुण बंद कर दित्तियां। उदाहरण दे नाल उन्होंने समझाया हालांकि जिहड़ा मनमुटाव है वह दूर हो गया कि नहीं हो गया जां किवें होएगा वह आने वाला समय दसेगा, लेकिन जिहड़ी कांग्रेस की अंदरूनी जिहड़ी लड़ाई है वह कई बार कुर्सियां तक निबड़दी है, विरोधी पार्टियां भी कहदियां ने। यह नवजोत सिंह सिद्धू की लड़ाई के भी किया गया, तो अश्विनी सेखड़ी की लड़ाई के भी किया गया, आरोप लगते हैं इस तरह के। हालांकि आने वाले समय के 4-5 महीनों का समा बाकी है, इस समय के हेल्थ कारपोरेशन कोई काम अश्विनी सेखड़ी कर पाते हैं या नहीं कर पाते हैं यह आने वाला समा दसेगा, लेकिन हाल फिलहाल चेयरमैनी देकर उन्होंने चुप जरूर करा लिया, शांत जरूर करा लिया गया। कैमरामैन दीपक दिनार, रविंदर सिंह, दैनिक सवेरा टीवी, चंडीगढ़। अलीशा बेगम, एक औरत का दुख एक औरत ही समझ सकती है, रूहानी ते काली शक्तियां दी मालकन, दुनिया दा सब तो चमत्कारी इल्म मेरे कोल है, मेरे कीते नूं कोई कट नहीं सकदा। काला इल्म करना आते तोड़ना हर एक दे बस दी गल नहीं। परेशानी जिवें लव मैरिज, पति पत्नी च झगड़ा, सौतन दुश्मन तो छुटकारा, तलाक केस, बुरे सपने, विदेश यात्रा, बुरी संगत जां नशा छुड़ाना, बीमारी च दवा ना लगना, वशीकरण एक सच्चाई है, वशीकरण करवाओ, मन चाह प्यार पाओ। की तुहाडी किस्मत च लॉटरी दा योग है जां नहीं, सच्चाई जानो, लॉटरी नंबर पाओ, भावें 649 होवे जां लोटो मैक्स, 11 घंटे च करवाओ हर परेशानी दा हल घर बैठे, अष्टाम पेपर ते लिख के लवो कम दी गारंटी, जा कहने तो बाहर है तुरंत संपर्क करो, तो हर गल गुप्त रखी जाएगी। अलीशा बेगम।